ਦੇਸ਼ ਦਾ ਖਜ਼ਾਨਾ ਲੁੱਟਦੇ ਫਿਰ ਗੱਲ ਹੋਰ ਸੀ, ਪਰ ਜਦੋਂ ਤੁਹਾਡੀ ਕੌਮ ਨੂੰ ਪਤਾ ਲੱਗ ਗਿਆ ਕਿ ਤੁਸੀਂ ਸਾਰੇ ਉਹ ਗੋਲਖ ਚੋਰ ਹੋ, ਡਰਦੇ ਸਾਰੇ ਖਿੱਤਰਾਂ ਦੇ ਯਾਰ ਭੱਜ ਗਏ ਬੀਜੇਪੀ ਬਾਦਲ ਦੇ ਨਾਲ ਕਿ ਤੁਸੀਂ ਵੋਟਾਂ ਬੀਜੇਪੀ ਆਰ ਐਸ ਐਸ ਨੂੰ ਦਿੱਲੀ 'ਚ ਪਾਓਗੇ। ਕੋਈ ਸਿੱਖ ਮਾਈ ਦੇ ਲਾਲ ਨੇ ਵੋਟ ਨਹੀਂ ਬੀਜੇਪੀ ਆਰ ਐਸ ਐਸ ਨੂੰ ਪਾਈ। ਗੁੱਸੇ ਚ ਆਏ ਸਿਮਰਨਜੀਤ ਸਿੰਘ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਟਕਸਾਲੀ ਆਗੂ ਜਿਨ੍ਹਾਂ ਨੇ ਦਿੱਲੀ ਚ ਚੋਣਾਂ ਦੌਰਾਨ ਬੀਜੇਪੀ ਨੂੰ ਸਮਰਥਨ ਦਿੱਤਾ ਉਹਨਾਂ ਨੂੰ ਸਿੱਧੀਆਂ ਸਟੇਜ ਤੋਂ ਗਾਲਾਂ ਕੱਢੀਆਂ ਤੇ ਅੰਦਰੂਨੀ ਗੱਲ ਦੱਸੀ ਕਿ ਕਿਉਂ ਦਿੱਲੀ ਚ ਬੀਜੇਪੀ ਨੂੰ ਸਮਰਥਨ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪਣੀ ਨਿਧੜਕ ਸ਼ਖਸੀਅਤ ਨਾਲ ਕੌਮ ਚ ਜਾਣੇ ਜਾਂਦੇ ਨੇ। ਮਾਨ ਬੀਤੇ ਦਿਨੀ ਫਤਿਹਗੜ੍ਹ ਸਾਹਿਬ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਮੌਕੇ ਹਜ਼ਾਰਾਂ ਦੀ ਤਾਦਾਦ ਚ ਸਿੱਖ ਸੰਗਤ ਨੂੰ ਸੰਬੋਧਨ ਕਰ ਰਹੇ ਸੀ। ਵੋਟਾਂ ਨਹੀਂ ਕਰਾਉਂਦੇ ਪੁਰਾਣੇ ਲੋਕ, ਬਾਦਲ ਦਲੀਆਂ ਨੇ ਕਬਜ਼ਾ ਕੀਤਾ ਹੋਇਆ, ਇਹਦੇ ਵਿੱਚ ਕਰਪਸ਼ਨ ਹੈ, ਗੋਲਖ ਦੀ ਚੋਰੀ ਹੈ। ਸਤਸੰਗ ਜੀ, ਸਿੱਖ ਆਪਣੇ ਘਰ ਦਾ ਗੋਲਖ ਦਾ ਪੈਸਾ ਨਹੀਂ ਖਾਂਦਾ ਹੈ, ਇਹ ਜੂਝਦਾ ਮਿਸਲਾਂ ਖਜ਼ਾਨਾ ਇਕੱਠਾ ਕਰਦੀਆਂ ਸੀ ਲੜ ਕੇ, ਔਰ ਖਜ਼ਾਨੇ ਵਿਗਿਆਨੀਆਂ ਦੇ ਲੈ ਕੇ, ਪਰ ਜਦੋਂ ਆਪਣੀ ਗੋਲਖ ਦੇ ਵਿੱਚ ਹੱਥ ਪੈ ਜੇ ਤਾਂ ਫਿਰ ਉਹ ਕੌਮ ਕਦੇ ਵੀ ਆਜ਼ਾਦੀ ਦੀ ਗੱਲ ਨਹੀਂ ਕਰ ਸਕਦੀ ਹੈਗੀ। ਕੀ ਕੋਈ ਕਮੀ ਹੈ ਪੈਸੇ ਦੀ? ਜਿਵੇਂ ਮਿਸਲਦਾਰ ਇਕੱਠੇ ਕਰਦੇ ਸੀ, ਕਰ ਲਿਆ ਕਰੋ। ਕਦੇ ਤੁਹਾਨੂੰ ਕਿਹਾ ਕਿ ਜੇ ਧਰਮ ਦੇ ਲਈ ਕੌਮ ਦੇ ਲਈ ਪੈਸੇ ਦੀ ਲੋੜ ਹੈ ਤੇ ਮੰਗੋ ਲਵੋ, ਹਜ਼ਾਰ ਲੈ ਲਓ, ਹੋਰ ਸਾਰਾ ਕੁਛ ਕਰ ਲਓ, ਪਰ ਆਪਣੀ ਜੇਬ ਦੇ ਵਿੱਚ ਗੋਲਖ ਦੇ ਵਿੱਚ ਆਪਾਂ ਨੇ ਹੱਥ ਨਹੀਂ ਕਦੇ ਪਾਇਆ। ਇਹਦੇ ਨਾਲ ਸਾਡੀ ਅਖਲਾਕੀ ਜਿਹੜੀ ਜਾਨ ਹੈ ਉਹ ਕਮਜ਼ੋਰ ਹੋ ਜਾਂਦੀ ਹੈ, ਫਿਰ ਅਸੀਂ ਦੁਸ਼ਮਣ ਦੇ ਨਾਲ ਅੱਖ ਨਾਲ ਅੱਖ ਮਿਲਾ ਕੇ ਨਹੀਂ ਦੇਖ ਸਕਦੇ। ਹੁਣ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਕੀ ਹੋਇਆ, ਸਾਰੀਆਂ ਸਿੱਖ ਜਥੇਬੰਦੀਆਂ ਕਿਉਂ ਬੀਜੇਪੀ ਤੇ ਆਰ ਐਸ ਐਸ ਨਾਲ ਲੜ ਗਈਆਂ? ਬੀਜੇਪੀ ਨੇ ਕਿਹਾ ਜਿੰਨੇ ਵੀ ਤੁਸੀਂ ਸਰਦਾਰ ਹੋ, ਅਕਾਲੀ ਦਲ ਬਾਦਲ ਦੇ ਹੋ, ਟਕਸਾਲੀ ਹੋ, ਹੋਰ ਦਿੱਲੀ ਦੇ ਹੋ, ਤੁਸੀਂ ਸਾਰਿਆਂ ਨੇ ਗੋਲਖਾਂ ਲੁੱਟੀਆਂ ਹੋਈਆਂ ਤੇ ਅਸੀਂ ਤੁਹਾਡੇ ਕੋਲੇ ਤੁਹਾਡੇ ਤੇ ਕਰਾਂਗੇ ਮੁਕੱਦਮੇ। ਜੇ ਤਾਂ ਤੁਸੀਂ ਦੇਸ਼ ਦਾ ਖਜ਼ਾਨਾ ਲੁੱਟਦੇ ਫਿਰ ਗੱਲ ਹੋਰ ਸੀ, ਪਰ ਜਦੋਂ ਤੁਹਾਡੀ ਕੌਮ ਨੂੰ ਪਤਾ ਲੱਗ ਗਿਆ ਕਿ ਤੁਸੀਂ ਸਾਰੇ ਉਹ ਗੋਲਖ ਚੋਰ ਹੋ, ਇਹ ਡਰਦੇ ਸਾਰੇ ਖਿੱਤਰਾਂ ਦੇ ਯਾਰ ਭੱਜ ਗਏ ਬੀਜੇਪੀ ਬਾਦਲ ਦੇ ਨਾਲ। ਇਹਨਾਂ ਨੇ ਹੁਕਮ ਦਿੱਤਾ ਸਿੱਖਾਂ ਨੂੰ ਕਿ ਤੁਸੀਂ ਵੋਟਾਂ ਬੀਜੇਪੀ ਆਰ ਐਸ ਐਸ ਨੂੰ ਦਿੱਲੀ 'ਚ ਪਾਓਗੇ। ਕੋਈ ਸਿੱਖ ਮਾਈ ਦੇ ਲਾਲ ਨੇ ਵੋਟ ਨਹੀਂ ਬੀਜੇਪੀ ਆਰ ਐਸ ਐਸ ਨੂੰ ਪਾਈ। ਸੋ ਸਤਸੰਗਤ ਜੀ, ਅਸੀਂ ਤਾਂ ਤੁਹਾਨੂੰ ਕਹਿ ਸਕਦੇ ਹਾਂ ਚੱਲਣਾ ਚੁੱਲਣਾ ਤੁਸੀਂ ਸੇਧ, ਸਾਡੇ ਜਿਹੜੇ ਸ਼ਹੀਦ ਸਿੰਘ ਹੈ ਜਿਸ ਧਰਤੀ 'ਤੇ ਤੁਸੀਂ ਬੈਠੇ ਹੋ ਉਹਨਾਂ ਤੋਂ ਲੈ ਕੇ ਅੱਗੇ ਚੱਲਣਾ।
मैं एक चीज दोहराना चाहना है, मैं तुहानू पुछूंगा कि तुसी जंग विच हिस्सा लोगे, तुसी कहना नो जंग नो जंग। खालसा जी पाकिस्तान चीन ते जंग दे विच हिस्सा लोगे? एक बारी तगड़े होके दस दो कि भाई कन्हैया वर्गे बन के असी सारिया फौजा नूं पानी पिला देंगे, पर ऐतकी वारी तुसी अपने बल ते लड़े हो ते जे वापस आए हो डंगा नाल फेर बॉर्डर ते भेज देंगे। सिख कौम दी की मंग? सिख कौम दी की मंग? एक बारी सानू खुश कर दो, सिख कौम दी की मंग? नहीं, ये तो हो गया।